ਕਿ ਅੱਜ ਹਰ ਖੇਤਰ ਦੀ ਤਰੱਕੀ ਹੋਈ ਹੈ, ਪਰ ਕਿਸਾਨੀ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਵਿਵਹਾਰ ਹੁੰਦਾ ਆ ਰਿਹਾ ਹੈ। ਕਿਸਾਨ ਦਿਨ ਬ ਦਿਨ ਕਰਜ਼ੇ ਦੀ ਮਾਰ ਨਾਲ ਮਰ ਰਿਹਾ ਹੈ, ਖੁਦਕੁਸ਼ੀਆਂ ਕਰ ਰਿਹਾ ਹੈ, ਪਰ ਸਰਕਾਰਾਂ ਦਾ ਰਵੱਈਆ ਉਵੇਂ ਹੀ ਬਣਿਆ ਹੋਇਆ ਹੈ। ਹੁਣ ਕਿਸਾਨ ਫੇਰ ਆਪਣੇ ਹੱਕ ਲੈਣ ਲਈ ਤਿਆਰ ਹੋ ਗਏ ਹਨ। ਕਿਵੇਂ ਦਿੱਲੀ ਦੀ ਹਿੱਕ ਤੇ ਮੁੜ ਵਾਪਸ ਪੈਰ ਧਰਨ ਦੀ ਤਿਆਰੀ ਕਰ ਰਹੇ ਹਨ। ਆਪਣਾ ਬਣਦਾ ਹੱਕ ਅੱਖਾਂ ਚ ਅੱਖਾਂ ਪਾ ਕੇ ਸ਼ਾਂਤੀਪੂਰਵਕ ਤਰੀਕੇ ਨਾਲ ਲੈਣ ਜਾ ਰਹੇ ਹਨ। ਕਿਵੇਂ ਸਰਕਾਰਾਂ ਵਾਅਦੇ ਤੋਂ ਮੁੱਕਰੀਆਂ ਹਨ। ਬਿਜ਼ਨਸਮੈਨਾਂ ਦਾ ਪੈਸਾ ਮਾਫ਼ ਕੀਤਾ ਗਿਆ, ਪਰ ਕਿਸਾਨ